ਜੀ ਹੁਣ ਘਰੋਂ ਨਿਕਲ ਹੀ ਨਹੀਂ ਸਕਦੇ ਜੀ ਇੰਨਾ ਅਸੀਂ ਆ ਸਾਰਾ ਮੱਲਾ ਜੀ ਸਾਡਾ ਸਾਰੇ ਸਾਰੇ ਸਹਿਮੇ ਹੋਏ ਆ ਚਿੱਟੇ ਦੇ ਪੈਸਿਆਂ ਨੂੰ ਲੈ ਕੇ ਹੋਈ ਲੜਾਈ ਮੈਂ ਨਾਲ ਹੀ ਮੁੜਿਆ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਇੱਥੇ ਫੈਰਿੰਗ ਦੀ ਆਵਾਜ਼ ਆਈ ਜੀ ਬਠਿੰਡਾ ਸ਼ਹਿਰ 'ਚ ਬੀਤੀ ਦੇਰ ਸ਼ਾਮ ਮਾਰ ਰੋਡ ਤੇ ਸਥਿਤ ਬਾਈਆ ਫੋਰਟ ਹੋਟਲ ਨੇੜੇ ਗਲੀ 'ਚ ਕੁਝ ਨੌਜਵਾਨਾਂ ਨੇ ਦੋ ਨੌਜਵਾਨਾਂ ਦੀ ਛਾਤੀ 'ਚ ਗੋਲੀ ਮਾਰ ਦਿੱਤੀ ਅਤੇ ਨੌਜਵਾਨ ਜ਼ਖਮੀ ਹੋ ਗਏ ਗੋਲੀਆਂ ਨਾਲ ਜ਼ਖਮੀ ਹੋਏ ਨੌਜਵਾਨਾਂ ਦੀ ਪਛਾਣ ਰੇਸ਼ਮ ਸਿੰਘ ਵਾਸੀ ਰਾਜਗੜ੍ਹ ਅਤੇ ਸ਼ਿਵਮ ਵਾਸੀ ਪਰਸਰਾਮ ਨਗਰ ਬਠਿੰਡਾ ਵਜੋਂ ਹੋਈ ਹੈ ਲੋਕਾਂ ਨੇ ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਏਮਜ਼ ਹਸਪਤਾਲ ਰੈਫਰ ਕਰ ਦਿੱਤਾ ਘਟਨਾ ਦਾ ਮੁੱਖ ਕਾਰਨ ਚਿੱਟੇ ਦੇ ਪੈਸਿਆਂ ਨੂੰ ਲੈ ਕੇ ਹੋਇਆ ਵਿਵਾਦ ਦੱਸਿਆ ਜਾ ਰਿਹਾ ਹੈ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਬਸ ਮੈਂ ਇੱਥੋਂ ਲੰਘਿਆ ਜੀ ਤਾਂ ਸਾਡੇ ਇੱਥੇ ਇੱਕ ਕੁੜੀ ਸਾਡੇ ਕੋਲੇ ਵਰਕ ਕਰਦੀ ਹੈ ਜੀ ਤੇ ਉਹ ਕੁੜੀ ਇੱਥੋਂ ਦੀ ਜਾ ਰਹੀ ਸੀ ਇਕੱਲੀ ਬਸ ਮੈਂ ਉਹਨੂੰ ਦੇਖਣ ਲੱਗਿਆ ਵਿਚਾਰੀ ਇਕੱਲੀ ਜਾ ਰਹੀ ਵੀ ਇੱਥੇ ਮੁੰਡੇ ਜੇ ਖੜੇ ਹੈਗੇ ਇੱਥੇ ਤਿੰਨ ਚਾਰ ਮੁੰਡੇ ਖੜੇ ਸੀਗੇ ਤੇ ਨਾਲ ਹੀ ਇੱਥੇ ਇੱਕ ਗੱਡੀ ਆ ਰਹੀ ਸੀਗੀ ਵਿੱਚ ਤੇ ਬਸ ਮੈਂ 2 ਮਿੰਟ ਇੱਥੇ ਖੜਾ ਜੀ ਮੈਂ ਨਾਲ ਹੀ ਮੁੜਿਆ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਇੱਥੇ ਫਾਇਰਿੰਗ ਦੀ ਆਵਾਜ਼ ਆਈ ਜੀ 2 ਫਾਇਰ ਹੋਏ ਆ ਤੇ ਬੰਦਾ ਵਿਚਾਰਾ ਉਹ ਉੱਥੇ ਜਾ ਕੇ ਮੈਂ ਥੋੜਾ ਜਾ ਕੇ ਇੱਥੋਂ 5 ਮਿੰਟ ਅੱਗੇ ਜਾ ਕੇ ਬੂਟਾਂ ਦੇ ਲਖਾਨੇ ਵਾਲੇ ਉਹਨਾਂ ਦੇ ਸ਼ਟਰ ਦੇ ਕੋਲ ਜਾ ਕੇ ਇੱਕ ਤਾਂ ਉਹਦੇ ਪੇਟ ਦੇ ਵਿੱਚ ਵੱਜੀ ਹੋਈ ਸੀਗੀ ਤੇ ਇੱਕ ਉਹਦਾ ਹੱਥ ਵੱਡਾ ਹੋਇਆ ਸੀ ਜੀ ਸਾਰਾ ਤੇ ਬਸ ਅਸੀਂ ਕੋਸ਼ਿਸ਼ ਕੀਤੀ ਵੀ ਵੀਡੀਓ ਬਣਾਈਏ ਫਿਰ ਸੋਚਿਆ ਵੀ ਲੋਕ ਗਾਲਾਂ ਕੱਢਣਗੇ ਵੀ ਤੁਸੀਂ ਵੀਡੀਓ ਬਣਾਈਏ ਕਿ ਉਹਨੂੰ ਚੱਕੋਗੇ ਤਾਂ ਫਿਰ ਚੰਗਾ ਸਮਝਿਆ ਵੀ ਉਹਨੂੰ ਚੱਕ ਕੇ ਐਂਬੂਲੈਂਸ ਵਿੱਚ ਇੱਥੇ ਲੋਕਾਂ ਨੇ ਪਹਿਲਾਂ ਹੀ ਫੋਨ ਕਰ ਚੁੱਕੇ ਸੀ ਤਾਂ ਨਾਲ ਦੀ ਨਾਲ ਵਿਚਾਰ ਨੂੰ ਐਂਬੂਲੈਂਸ ਵਿੱਚ ਦੇਖੋ ਪਹਿਲਾਂ ਵੀ ਗੋਲੀ ਚ ਲੈ ਕੇ ਮਹਿਲਾ ਜੀ ਨੂੰ ਕਤਲ ਕਰ ਦਿੱਤਾ ਹੁਣ ਦੂਸਰੀ ਫੇਰ ਵਾਰਦਾਤ ਹੋ ਗਈ ਹਾਂਜੀ ਹਾਂਜੀ ਕੋਈ ਲਾਅ ਐਂਡ ਆਰਡਰ ਤਾਂ ਕੋਈ ਹੈ ਹੀ ਨਹੀਂ ਜੀ ਦੇਖੋ ਪੁਲਿਸ ਕੇ ਹਾਂਜੀ ਹੁਣ ਘਰੋਂ ਨਿਕਲ ਹੀ ਨਹੀਂ ਸਕਦੇ ਜੀ ਇੰਨਾ ਅਸੀਂ ਆ ਸਾਰਾ ਮੱਲਾ ਜੀ ਸਾਡਾ ਸਾਰੇ ਸਹਿਮੇ ਹੋਏ ਆ ਵੀ ਆ ਸਾਰੀ ਗਲੀ ਸਾਰੇ ਸਹਿਮੇ ਹੋਏ ਆ ਜੀ ਜਿੱਥੇ ਐਮਰਜੈਂਸੀ 'ਚ ਤਾਇਨਾਤ ਡਾਕਟਰਾਂ ਨੇ ਦੋਵਾਂ ਜ਼ਖਮੀ ਰੇਸ਼ਮ ਸਿੰਘ ਅਤੇ ਸ਼ਿਵਮ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਏਮਜ਼ ਹਸਪਤਾਲ ਰੈਫਰ ਕਰ ਦਿੱਤਾ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹੋਟਲ ਅਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਕਿਹਾ ਕਿ ਇੱਥੇ ਬਾਈਆ ਫੋਰਟ ਦੇ ਪਿਛਲੇ ਪਾਸੇ ਕਿਹੜਾ ਹੈਗਾ ਜਗ੍ਹਾ ਦੇ ਵਿੱਚ ਕੋਈ ਆਪਸੀ ਮੁੱਢਲੀ ਸਟੇਜ ਤੋਂ ਪਹਿਲਾਂ ਤਤਕਾਰ ਹੋਏ ਆ ਉੱਥੇ 2 ਰਾਊਂਡ ਫਾਇਰ ਹੋਏ ਆ 12 ਮੋਰ ਦੇ ਤੇ ਦੋਵਾਂ ਬੰਦਿਆਂ ਨੂੰ ਕਿਹੜਾ ਹਸਪੀਟਲ ਲੈ ਕੇ ਜਾਇਆ ਗਿਆ ਹੈਗਾ ਫਿਲਹਾਲ ਅਸੀਂ ਮੌਕੇ ਤੇ ਹੈਗੇ ਆ ਸਾਰੇ ਅਫਸਰ ਪਹੁੰਚ ਕਿੰਨੇ ਬੰਦੇ ਜ਼ਖਮੀ ਹੋਏ ਨੇ ਫਿਲਹਾਲ ਦੱਸਣ ਮੁਤਾਬਕ 2 ਆਦਮੀ ਜ਼ਖਮੀ ਕਿੰਨੀ ਉਮਰ ਦੇ ਨੇ ਉਮਰ ਕਰੀਬ ਉਹਨਾਂ ਦੀ ਕਿਹੜੀ ਦੱਸਣ ਮੁਤਾਬਕ 30 ਤੋਂ 35 ਸਾਲ ਹੈਗੇ ਤੇ ਕੀ ਲੱਗਦਾ ਤੁਹਾਨੂੰ ਦੇਖੋ ਫਿਲਹਾਲ ਇਹ ਉਹਨਾਂ ਨੇ ਟ੍ਰੀਟਮੈਂਟ ਚੱਲ ਰਿਹਾ ਹੈਗਾ ਉਹਨਾਂ ਨੂੰ ਰੈਫਰ ਕੀਤਾ ਹੈਗਾ ਅੱਗੇ ਫਿਲਹਾਲ ਅਸੀਂ ਮੌਕੇ ਤੇ ਕਿਹੜਾ ਦੇਖ ਰਹੇ ਹੈਗੇ ਆ ਸਾਰਾ ਉਹ ਇਨਸੀਡੈਂਟ ਨੂੰ ਤੇ ਅੱਗੇ ਦੀ ਕਿਹੜੀ ਕੀ ਕਾਰਵਾਈ ਚੱਲ ਰਹੀ ਹੈ ਚੜ੍ਹਦੀ ਕਲਾ ਟੈਮ ਟੀਵੀ ਲਈ ਬਠਿੰਡਾ ਤੋਂ ਜਗਸੀਰ ਭੁੱਲਰ ਦੀ ਰਿਪੋਰਟ